ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪ ਸਭ ਜੀ ਦਾ ਤੁਹਾਡੇ ਆਪਣੇ ਪੀਬੀ ਕੇ ਚੈਨਲ 'ਤੇ। ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹੋ ਚੁੱਕਿਆ ਵਾਂ ਜੀ। ਸੋ ਅੱਜ ਦੀ ਇਹ ਵੀਡੀਓ ਕਿਸੇ ਵੀ ਪਤੇਂਤੇ ਨਾਲ ਰਿਲੇਟਡ ਨਹੀਂ ਹੈਗੀ, ਮਤਲਬ ਪਤੇਂਤੇ ਨਾਲ ਰਿਲੇਟਡ ਹੈਗੀ ਹੈ ਪਰ ਉਸ ਬੇਸ 'ਤੇ ਨਹੀਂ ਹੈਗੀ। ਮਤਲਬ ਆਪਾਂ ਕੋਈ ਲੈਕਚਰ ਨਹੀਂ ਲੈ ਰਹੇ, ਅੱਜ ਆਪਾਂ ਸਿਰਫ ਤੁਹਾਨੂੰ ਦੱਸਾਂਗੇ, ਸਿਰਫ ਔਰ ਸਿਰਫ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਪਾਂ ਪਤੇਂਤੇ ਤਿਆਰੀ ਕਰਾਂਗੇ ਆਖਿਰ ਕਿੱਦਾਂ, ਕਿਉਂਕਿ ਬਹੁਤ ਸਾਰੇ ਸਵਾਲ ਆਉਂਦੇ ਨੇ ਕਮੈਂਟਾਂ ਵਿੱਚ, ਮੈਸੇਜਾਂ ਵਿੱਚ ਵੀ ਦੱਸੋ ਕਿਹੜੀ ਐਪਲੀਕੇਸ਼ਨ ਵਰਤਦੇ ਹੋ, ਕਿੱਦਾਂ ਕਰਦੇ ਹੋ, ਕੀ ਕਰਦੇ ਹੋ। ਮੈਂ ਵੀਡੀਓ ਵਿੱਚ ਥੋੜ੍ਹਾ ਜਿਹਾ ਸਮਝਾਉਂਦਾ ਸੀ ਸਟਾਰਟਿੰਗ ਵਿੱਚ, ਪਰ ਮੈਂ ਸੋਚਿਆ ਵੀ ਹਰ ਕੋਈ ਉਸ ਵੀਡੀਓ ਦੇ ਉਸ ਐਪੀਸੋਡ ਨੂੰ ਨਹੀਂ ਦੇਖਦਾ ਹੋਣਾ। ਸੋ ਮੈਂ ਸੋਚਿਆ ਵੀ ਚਲੋ ਅੱਜ ਇੱਕ ਸਪੈਸ਼ਲ ਵੀਡੀਓ ਬਣਾ ਦਿੰਦੇ ਹਾਂ, ਇੱਕ ਸਪੈਸ਼ਲ ਵੀਡੀਓ ਜਿਹਦੇ ਵਿੱਚ ਸਿਰਫ ਔਰ ਸਿਰਫ ਇਹੀ ਦੱਸਿਆ ਜਾਏਗਾ ਵੀ ਕਿੱਦਾਂ ਕੀ ਕੀਤਾ ਜਾਏਗਾ। ਇਹ ਵੀਡੀਓ ਬਹੁਤ ਜ਼ਰੂਰੀ ਹੋਣ ਵਾਲੀ ਹੈ ਅਤੇ ਉਹ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਸੋ ਸ਼ੁਰੂ ਕਰਦੇ ਹਾਂ। ਸੋ ਪਹਿਲਾਂ ਆਪਾਂ ਪੜ੍ਹਾਂਗੇ ਵੈਬ ਪਤੇਂਤੇ। ਸੋ ਓਕੇ ਜੀ, ਇਹ ਆ ਗਈ ਆਪਣੀ ਵੈਬਸਾਈਟ ਕੁਇਜ਼ ਪਤੇਂਤੇ, ਵੈਬ ਪਤੇਂਤੇ 4.4। ਸੋ ਇੱਥੇ ਆਪਾਂ ਡਾਊਨਲੋਡ ਕਰਾਂਗੇ ਵੈਬ ਪਤੇਂਤੇ ਨੂੰ, ਪੀਸੀ ਬਦਲੇ, ਯਾਨੀ ਕਿ ਆਪਣੇ ਕੰਪਿਊਟਰ ਬਦਲੇ, ਆਪਣੇ ਐਂਡਰੋਇਡ ਫੋਨ ਬਦਲੇ ਅਤੇ ਆਪਣੇ iOS ਮਤਲਬ ਕਿ ਆਈਫੋਨਸ ਬਦਲੇ। ਸੋ ਇੱਥੇ ਡਾਊਨਲੋਡ, ਇੱਥੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਇੱਥੇ ਸਭ ਕੁਝ ਦਿੱਤਾ ਹੋਇਆ, ਐਂਡਰੋਇਡ ਬਦਲੇ, ਐਂਡਰੋਇਡ ਮਤਲਬ ਆਪਣੇ ਸੈਮਸੰਗ ਵਾਲੇ ਫੋਨ ਜਾਂ ਆਈਫੋਨ ਨੂੰ ਛੱਡ ਕੇ ਹੋਰ ਜਿਹੜੇ ਫੋਨ ਨੇ ਲਗਭਗ ਸਾਰਿਆਂ 'ਤੇ ਐਂਡਰੋਇਡ ਚੱਲ ਜਾਂਦਾ। ਅਤੇ ਅਗਲਾ ਵਿੰਡੋਜ਼, ਠੀਕ ਹੈ, ਆਪਾਂ ਦੋਨੇ ਡਾਊਨਲੋਡ ਕਰਕੇ ਵੇਖ ਲੈਂਦੇ ਹਾਂ। ਡਾਊਨਲੋਡਿੰਗ ਦੋਨਾਂ ਦੀ ਸੇਮ ਆ ਅਤੇ ਆਪਾਂ ਵਿੰਡੋਜ਼ ਵਾਲੇ ਨੂੰ ਚੈੱਕ ਕਰ ਲੈਂਦੇ ਹਾਂ ਕਿਉਂਕਿ ਮੈਂ ਵਿੰਡੋ 'ਤੇ ਇਸ ਟਾਈਮ ਕੰਪਿਊਟਰ 'ਤੇ ਯੂਜ਼ ਕਰਨਾ, ਇਸ ਕਰਕੇ ਮੈਂ ਵਿੰਡੋ 'ਤੇ ਮੈਨੂੰ ਕਲਿੱਕ ਕਰਨਾ ਪੈਣਾ। ਆਫਲਾਈਨ ਮਤਲਬ ਕਿ ਐਪ ਬਿਨਾਂ ਨੈੱਟ ਦੀ ਵਰਤੋਂ ਤੋਂ ਵਰਤੀਆਂ ਜਾਂਦੀਆਂ ਨੇ ਐਪਲੀਕੇਸ਼ਨਾਂ, ਠੀਕ ਹੈ। ਜਿਹੜੇ ਮਰਜ਼ੀ ਡਾਊਨਲੋਡ ਕਰ ਲਓ, ਇਹ ਪੁਰਤਾਤੀਲੇ ਬਦਲਿਆ ਮਤਲਬ ਕਿ ਲੈਪਟੋਪ ਬਦਲੇ ਅਤੇ ਇਹ ਜਿਹੜੇ ਆਪਣੇ ਕੰਪਿਊਟਰ ਮੇਨ ਹੁੰਦੇ ਨੇ ਡੈਸਕਟੋਪ, ਉਹਨਾਂ ਬਦਲੇ ਹੁੰਦਾ, ਪਰ ਕੁਛ ਨਹੀਂ ਹੈਗਾ, ਸਵਾਲ ਸਾਰੇ ਸੇਮ ਹੀ ਹੋਣਗੇ। ਸੋ ਇੱਥੇ ਲਿਖਿਆ ਸਕਾਰਿਕਾ, ਕਲਿੱਕ ਕਰ ਦਿਓ। ਉਸ ਤੋਂ ਬਾਅਦ ਨੀਚੇ ਆਓਗੇ ਅਤੇ ਫਿਰ ਸਕਾਰਿਕਾ ਲਿਖਿਆ ਹੋਏਗਾ, ਨਾਲ ਬਣਿਆ ਤੀਰ ਦਾ ਨਿਸ਼ਾਨ। ਇੱਥੇ ਡਾਊਨਲੋਡ ਕਰ ਲਓ ਇਸ ਫਾਈਲ ਨੂੰ, ਕਿੱਥੇ ਗਈ, ਇੱਥੇ। ਓਕੇ, ਜਦ ਤੱਕ ਇਹ ਡਾਊਨਲੋਡ ਹੁੰਦੀ ਹੈ ਤਦ ਤੱਕ ਆਪਾਂ ਵੇਟ ਕਰ ਲੈਂਦੇ ਹਾਂ। ਓਕੇ ਜੀ, ਆਪਣੀ ਫਾਈਲ ਡਾਊਨਲੋਡ ਹੋ ਗਈ ਹੈ, ਹੁਣ ਕਰ ਲਾਂਗੇ ਫੋਲਡਰ ਨੂੰ ਖੋਲ ਲਾਂਗੇ, ਕਿੱਥੇ ਕਰਕੇ ਫਾਈਲ ਸੇਵ ਹੋਈ ਹੈ, ਐਰੀ ਜੀ ਆਪਣੀ ਫਾਈਲ ਡਬਲ ਕਲਿੱਕ ਕਰਕੇ ਖੋਲ ਲਾਂਗੇ ਪੀਸੀ ਦੇ ਵਿੱਚ। ਇਹ ਜੋ ਹੁਣ ਆਪਾਂ ਇੰਸਟਾਲ ਕਰਨ ਜਾ ਰਹੇ ਹਾਂ, ਆਪਾਂ ਪੀਸੀ ਵਿੱਚ ਇੰਸਟਾਲ ਕਰਾਂਗੇ, ਡਬਲ ਕਲਿੱਕ ਕਰਕੇ ਫਾਈਲ ਨੂੰ ਖੋਲ ਲਾਂਗੇ, ਯੈਸ ਖੋਲ ਕੇ ਫਾਈਲ ਨੂੰ ਇੰਸਟਾਲ ਕਰ ਦਾਂਗੇ। ਅਗਰ ਤੁਸੀਂ ਫੋਨ 'ਤੇ ਹੋ ਤਾਂ ਉਹਦੀ ਵੀ ਵੀਡੀਓ ਆਪਾਂ ਇੱਥੇ ਹੀ ਸ਼ੋ ਕਰਾਂਗੇ, ਥੋੜ੍ਹਾ ਜਿਹਾ ਅੱਗੇ ਸਕਿੱਪ ਕਰ ਲਓਗੇ ਤਾਂ ਤੁਹਾਨੂੰ ਐਂਡਰੋਇਡ ਵਾਲੀ ਸ਼ੋ ਹੋ ਜਾਏਗੀ, ਐਂਡਰੋਇਡ ਫੋਨ 'ਤੇ ਕਿਵੇਂ ਇੰਸਟਾਲ ਹੋਣੀ ਅਤੇ ਆਈਫੋਨ ਦਾ ਵੀ ਆਪਾਂ ਹੁਣੇ ਤੁਹਾਨੂੰ ਵੀਡੀਓ ਦਿਖਾ ਦਾਂਗੇ। ਐਸੀ ਵੀਡੀਓ ਦੇ ਅੰਦਰ ਆਪਾਂ ਸਾਰਾ ਕਵਰ ਕਰਨਾ ਵੀ ਕਿੱਦਾਂ ਕਿੱਦਾਂ ਕਰਕੇ ਆਪਾਂ ਇਹਨੂੰ ਇੰਸਟਾਲ ਕਰ ਸਕਦੇ ਹਾਂ ਫੋਨ ਅੰਦਰ, ਕੰਪਿਊਟਰ ਅੰਦਰ, ਅਤੇ ਕਿੱਦਾਂ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਸੋਫਟਵੇਅਰ ਦੀ, ਤਾਂ ਜੋ ਅਸੀਂ ਪਤੇਂਤੇ ਦੀ ਤਿਆਰੀ ਘਰ ਬੈਠੇ ਬਿਲਕੁਲ ਫ੍ਰੀ, ਘਰ ਟੈਨਸ਼ਨ ਫ੍ਰੀ ਹੋ ਕੇ ਆਪਣੇ ਪਤੇਂਤੇ ਦੀ ਤਿਆਰੀ ਆਪਾਂ ਕਰ ਸਕਾਂਗੇ। ਸੋ ਇੱਥੇ ਆਪਾਂ ਕਰ ਦਾਂਗੇ ਚੇਤੋ, ਅਵਾਂਤੀ 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 ਅਵਾਂਤੀ, ਡੈਸਕਟੋਪ 'ਤੇ ਜਿਹੜਾ ਤੁਸੀਂ ਸ਼ੋਰਟਕੱਟ ਬਣਾਓਗੇ ਉਹਦੇ ਲਈ ਇਹਨੂੰ ਟਿੱਕ ਕਰ ਦਿਓ, ਅਵਾਂਤੀ ਇੰਸਟਾਲ ਆ, ਹੁਣ ਇੰਸਟਾਲ ਹੋਣ ਲੱਗ ਜਾਏਗੀ, ਠੀਕ ਹੈ ਜੀ। ਓਕੇ, ਹੋ ਗਿਆ ਇੰਸਟਾਲ, ਠੀਕ ਹੈ ਜੀ। ਸੋ ਓਕੇ ਜੀ, ਇਹ ਆਪਣੀ ਐਪਲੀਕੇਸ਼ਨ, ਇਹਨੂੰ ਡਬਲ ਕਲਿੱਕ ਕਰਕੇ ਖੋਲ ਲਾਂਗੇ। ਇਹ ਆ ਗਿਆ ਆਪਣੇ ਸੋਲੂਸ਼ਨ, ਜਿਹੜੇ ਨੋਰਮਲੀ ਆਪਾਂ ਸਵਾਲ ਪੜ੍ਹਦੇ ਹਾਂ ਸਾਰੇ ਇੱਥੇ ਮਿਲਣਗੇ ਆਪਾਂ ਨੂੰ, ਠੀਕ ਹੈ। ਜਿੰਨੇ ਜਿੰਨੇ ਚੈਪਟਰ ਆਏ ਨੇ, ਜਿਹੜਾ ਜਿਹੜਾ ਪੇਜ ਆਪਣਾ ਕੰਪਲੀਟ ਹੋ ਗਿਆ, ਉਹ ਸਾਰੇ ਆਪਾਂ ਨੂੰ ਇੱਥੇ ਹੀ ਮਿਲਣਗੇ। ਇਸ ਤੋਂ ਇਲਾਵਾ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਆਪਣੇ ਐਗਜ਼ਾਮੇ ਦੀ, ਪੇਜ ਬਾਏ ਪੇਜ ਦੀ ਗੱਲ ਕਰਨ ਲੱਗਾ, ਪੇਜ ਬਾਏ ਪੇਜ, ਠੀਕ ਹੈ। ਜਿਵੇਂ ਆ ਪਹਿਲਾ ਪੇਜ ਹੈ ਅਤੇ ਆਪਾਂ ਅੱਜ ਤੱਕ ਜਿਹੜੇ ਆਪਾਂ ਕਰ ਚੁੱਕੇ ਹਾਂ 313 ਪੇਜ ਜਿਹੜੀ ਮੈਂ ਸ਼ੂਟ ਕਰ ਚੁੱਕਿਆ ਅੱਜ ਤੱਕ, ਉਹਨਾਂ ਦੀ ਗੱਲ ਹੁੰਦੀ। ਜੇਕਰ ਉਹਨਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਪੇਜ ਬਾਏ ਪੇਜ, ਤਾਂ ਤੁਸੀਂ ਇੱਥੇ ਕਰ ਸਕਦੇ ਹੋ, ਠੀਕ ਹੈ। ਇੱਥੇ ਵੈਰੋ ਫਾਸੋ ਜਿੱਦਾਂ ਤੁਹਾਨੂੰ ਸਹੀ ਲੱਗੇ, ਜਿਹੜਾ ਜਿਹੜਾ ਦਸਵਾਂ ਤੁਹਾਨੂੰ ਲੱਗਦਾ ਪਿਆ ਉੱਦਾਂ ਦਾ ਕਰਕੇ ਇੱਥੇ ਕੋਰੇਜੀ 'ਤੇ ਕਲਿੱਕ ਕਰ ਦੇਣਾ। ਭਰਾ ਸੀਰੀਅਸ ਨਾਲ ਹੈ, ਅੱਜ ਮੈਂ ਸਿਰਫ ਮੈਂ ਟਰਾਈ ਕਰਨਾ ਪਿਆ, ਆਈ ਆਈ ਦਾ ਲੱਗਦਾ। ਸੋ
ਇੱਥੇ ਆਪਾਂ ਟਰਾਈ ਕਰ ਸਕਦੇ ਆਪਣੇ ਸਾਰੇ ਇਗਜ਼ਾਮੇ ਦੀ। ਇੱਥੇ ਹੋਏਗਾ ਪੇਜ ਬਾਏ ਪੇਜ। ਹੁਣ ਆਪਾਂ ਕਰਨੇ ਹਾਂ ਚੈਪਟਰ ਵਾਈਜ਼, ਵੀ ਚੈਪਟਰ ਵਾਈਜ਼ ਆਪਾਂ ਕਿੱਦਾਂ ਤਿਆਰੀ ਕਰੀਏ ਆਪਣੇ ਪਤੇਨਤੇ ਦੀ। ਸੇਮ ਹੋਏ ਪਿੱਛੇ ਚੱਲਦੇ ਹਾਂ। ਚੈਪਟਰ ਵਾਈਜ਼ ਪੜ੍ਹਨ ਲਈ ਆਪਾਂ ਨੂੰ ਜਾਣਾ ਪੈਣਾ ਇੱਥੇ ਤਿੰਨ ਡੱਬਿਆਂ 'ਤੇ। ਉਸ ਤੋਂ ਬਾਅਦ ਆਲਤਰੇ ਮੁਦਾਲਿਤਾ ਦੀ ਇਗਜ਼ਾਮੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਇਗਜ਼ਾਮੇ ਸੋ ਆਰਗੂਮੈਂਟੀ ਸਿਲੈਕਸ਼ਨਾਤੀ। ਹੁਣ ਇਹਦੇ ਸਾਰੇ ਜਿਹੜੇ ਹੋਣਗੇ ਉਹ ਸਿਲੈਕਟਿਡ ਹੋਣਗੇ, ਵੀ ਆਪਾਂ ਜਿਹੜਾ ਸਿਲੈਕਟ ਕਰਾਂਗੇ ਸਿਰਫ ਉਹਦੇ ਹੀ ਸਵਾਲ ਆਉਣਗੇ, ਹੋਰ ਕਿਸੇ ਦੇ ਨਹੀਂ। ਹੁਣ ਜੇਕਰ ਤੁਸੀਂ ਪਹਿਲੇ ਚੈਪਟਰ ਦੀ ਤਿਆਰੀ ਕਰਨਾ ਚਾਹੁੰਦੇ ਹੋ, ਵੀ ਪਹਿਲੇ ਚੈਪਟਰ ਵਿੱਚੋਂ ਹੀ ਤੁਹਾਨੂੰ ਸਵਾਲ ਆਉਣੇ, ਕਿਉਂਕਿ ਤੁਹਾਡਾ ਪਹਿਲਾ ਚੈਪਟਰ ਬਿਲਕੁਲ ਤਿਆਰ ਹੈ। ਜੇ ਤੁਸੀਂ ਇਹਦੇ 'ਚ ਚਾਹੁੰਦੇ ਵੀ ਇਹਦੇ 'ਚ ਹੀ ਸਵਾਲ ਆਵੇ, ਸਿਰਫ ਪਹਿਲੇ ਚੈਪਟਰ 'ਚ ਹੋਰ ਕਿਸੇ 'ਚੋਂ ਨਹੀਂ, ਫਿਰ ਤੁਸੀਂ ਪਹਿਲੇ ਸਿਲੈਕਟਰ ਨੂੰ ਸਿਲੈਕਟ ਕਰ ਲਓ, ਇੱਥੋਂ ਟਿਕ ਕਰ ਲਏ, ਨੀਚੇ ਆ ਕੇ ਇੱਥੇ ਅਤੀਵਾ ਸਿਮੂਲਾਸਿਓਨੇ ਦੀ ਇਗਜ਼ਾਮੇ, ਅਤੇ ਇਹ ਤੁਹਾਡਾ ਆ ਗਿਆ ਇਗਜ਼ਾਮੇ ਇੱਥੇ ਟੋਟਲ, ਜਿਹਦੇ 'ਚ ਸਾਰੇ ਦੇ ਸਾਰੇ ਸਵਾਲ ਜਿਹੜੇ ਹੋਣਗੇ ਸਿਰਫ ਔਰ ਸਿਰਫ ਪਹਿਲੇ ਚੈਪਟਰ ਵਿੱਚੋਂ ਹੀ ਆਉਣਗੇ, ਹੋਰ ਕਿਸੇ 'ਚੋਂ ਨਹੀਂ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਤੁਹਾਡਾ ਪਹਿਲਾ ਚੈਪਟਰ ਵੀ ਪੂਰਾ ਕੰਪਲੀਟ ਹੋ ਜਾਏਗਾ, ਸਹੀ ਤਰੀਕੇ ਨਾਲ ਤਿਆਰ ਹੋ ਜਾਏਗਾ। ਪਰ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਵੀ ਪਹਿਲਾਂ ਤੁਸੀਂ ਪੇਜ ਬਾਏ ਪੇਜ ਹੀ ਪੜ੍ਹਿਓ, ਹਰ ਇੱਕ ਪੇਜ ਨੂੰ ਪਹਿਲਾਂ ਪੇਜ ਬਾਏ ਪੇਜ ਪੜ੍ਹਿਓ, ਅਤੇ ਫਿਰ ਤੁਸੀਂ ਇੱਥੇ ਆਇਓ ਅਤੇ ਆਪਣੀ ਜਿਹੜੀ ਹੈ ਚੈਪਟਰ ਵਾਈਜ਼, ਜਦੋਂ ਤੁਹਾਡਾ ਪਹਿਲਾ ਚੈਪਟਰ ਪੂਰਾ ਤਿਆਰ ਹੋ ਜਾਏ, ਉਹਨੇ ਜੀਰੋ ਐਰਰ ਹੋਣ ਦੀ, ਬਿਲਕੁਲ ਇੱਕ ਵੀ ਗਲਤੀ ਨਹੀਂ ਹੋਣ ਦੀ, ਉਦੋਂ ਤੁਸੀਂ ਇਹ ਟਰਾਈ ਕਰਿਓ। ਮੈਂ ਤੁਹਾਨੂੰ ਇਹ ਰਿਕਮੈਂਡ ਕਰਾਂਗਾ ਤਾਂ ਜੋ ਤੁਹਾਡੇ ਹਰ ਕੁਸ਼ਚਨ, ਕਿਉਂਕਿ ਇਹਦੇ 'ਚ ਕੀ ਹੋਣਾ ਸਿਰਫ 40 ਸਵਾਲ ਆਉਣੇ ਆ, ਅਤੇ 40 ਸਵਾਲਾਂ ਵਿੱਚ ਮੈਨੂੰ ਨਹੀਂ ਲੱਗਦਾ ਵੀ ਸਾਰੇ ਪੂਰੇ ਇੱਕ ਚੈਪਟਰ 'ਚ ਸਾਰੇ 40 ਸਵਾਲ ਆਉਣੇ ਆ। ਸੋ ਇਸ ਕਰਕੇ ਪੂਰੀ ਤਰੀਕੇ ਨਾਲ ਕਵਰ ਨਹੀਂ ਹੋ ਪਾਣਗੇ। ਸੋ ਪਹਿਲਾਂ ਪੇਜ ਬਾਏ ਪੇਜ ਆਪਣਾ ਕਵਰ ਕਰਿਓ ਸਾਰਾ ਪਤੇਨ 'ਤੇ, ਵੀ ਪਤੇਨ 'ਤੇ ਵਿੱਚ ਕਿਹੜਾ ਸਵਾਲ ਕਿੱਥੇ ਕਰਕੇ ਕੀ ਕਹਿਣ ਡਿਆ, ਪੇਜ ਬਾਏ ਪੇਜ ਆਪਣਾ ਕਵਰ ਕਰਕੇ, ਫਿਰ ਜੋ ਤੁਹਾਡਾ ਬਿਲਕੁਲ ਜ਼ੀਰੋ ਹੋ ਜਾਏ ਗਲਤੀ, ਉਸ ਤੋਂ ਬਾਅਦ ਤੁਸੀਂ ਚੈਪਟਰ ਵਾਈਜ਼ ਚੈਪਟਰ 'ਤੇ ਆ ਜਾਇਓ। ਠੀਕ ਹੈ ਜੀ। ਸੋ ਇਹ ਸੀ ਆਪਣਾ PC ਵਰਜ਼ਨ, ਅਤੇ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਵਿਖਾ ਦਾਂ ਵੀ ਵੀਡੀਓ ਕਿੱਦਾਂ ਦੇਖਣੀ ਹੈ। ਮੈਂ ਪਹਿਲਾਂ ਹੀ ਵਿਖਾਈਆਂ ਹੋਈਆਂ, ਪਰ ਫਿਰ ਵੀ ਇੱਕ ਵਾਰ ਦੁਬਾਰਾ ਤੁਹਾਨੂੰ ਵਿਖਾ ਦਿੰਦਾ। PBK ਚੈਨਲ ਇਹ ਰਹੀ ਜੀ ਆਪਣਾ ਚੈਨਲ। ਓਕੇ ਜੀ, ਇੱਥੇ ਆ ਗਿਆ ਤੁਹਾਡਾ ਆਪਣਾ ਚੈਨਲ PBK ਚੈਨਲ, ਅਤੇ ਇੱਥੇ ਇਹ ਵੀਡੀਓ ਨੇ ਸਾਰੀਆਂ ਜਿਹੜੀਆਂ ਅੱਜ ਤੱਕ ਆਪਾਂ ਅਪਲੋਡ ਕੀਤੀਆਂ ਨੇ, ਜਿੰਨੀਆਂ ਵੀ ਹੋਣਗੀਆਂ ਸਾਰੀਆਂ ਇੱਥੇ ਤੁਹਾਨੂੰ ਮਿਲ ਜਾਣਗੀਆਂ, ਅਤੇ ਇਹ ਸਾਡੀ ਪਲੇਲਿਸਟ। ਹੁਣ ਪਲੇਲਿਸਟ ਦੇ ਨਾਮ 'ਤੇ ਜ਼ਰੂਰ ਗੌਰ ਕਰ ਲਿਓ। ਓਕੇ ਜੀ, ਇੱਥੇ ਆ ਆਪਣਾ 7ਵਾਂ ਚੈਪਟਰ ਪੂਰਾ ਕੰਪਲੀਟ। ਇੱਥੇ ਲਿਖਿਆ ਪਤੇਨ 'ਤੇ ਬੀਨ ਪੰਜਾਬੀ ਫ੍ਰੀ। ਠੀਕ ਹੈ, ਇਹਦੇ 'ਚ ਜਿੰਨੀ ਵੀ ਵੀਡੀਓ ਹੋਣਗੇ ਸਾਰੀ ਸਾਰੀ ਜਿਹੜੀ ਅਪਲੋਡ ਹੋਈਆਂ, ਸਾਰੀ ਸਾਰੀ ਇਹਦੇ 'ਚ ਹੀ ਆਪਾਂ ਨੂੰ ਮਿਲਣਗੀਆਂ। ਠੀਕ ਹੈ, ਇਹਦੇ 6ਵਾਂ ਚੈਪਟਰ ਪੂਰਾ, ਇਹਦੇ 'ਚ 5ਵਾਂ, 3ਜਾ, 4ਥਾ, ਪਹਿਲਾ ਅਤੇ ਦੂਜਾ। ਹਰ ਚੈਪਟਰ ਨੂੰ ਇੱਕ ਇੱਕ ਉਹਨਾਂ ਦੀ ਪਲੇਲਿਸਟ ਬਣਾ ਕੇ ਰੱਖੀ ਹੋਈ ਹੈ, ਤਾਂ ਜੋ ਕਿਸੇ ਵੀ ਭੈਣ ਭਰਾ ਨੂੰ ਕੋਈ ਤਕਲੀਫ ਨਾ ਹੋਵੇ ਵੀਡੀਓ ਲੱਭਣ ਦੇ ਵਿੱਚ। ਸੋ ਠੀਕ ਹੈ ਜੀ, ਇਹ ਸੀ ਆਪਣਾ PC ਵਰਜ਼ਨ। ਇੱਕ ਮਿੰਟ ਵੀ ਜ਼ਰੂਰੀ ਗੱਲ ਰਹੇਗੀ ਸੱਚ। ਓਕੇ ਜੀ, ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਉਹ ਆ, ਤੁਸੀਂ ਕੋਈ ਵੀ ਐਪੀਸੋਡ ਜਦੋਂ ਦੇਖ ਰਹੇ ਹੋ ਅਤੇ ਨੀਚੇ ਲਾਈਕ ਵਾਲਾ ਬਟਨ ਜ਼ਰੂਰ ਦੱਬਿਆ ਕਰੋ, ਜ਼ਰੂਰ ਸਾਨੂੰ ਹੌਸਲਾ ਦੇਣ ਲਈ ਇਹ ਲਾਈਕ ਵਾਲਾ ਬਟਨ ਜ਼ਰੂਰ ਦੱਬਿਆ ਕਰੋ, ਤਾਂ ਜੋ ਸਾਨੂੰ ਇੱਦਾਂ ਹੀ ਸਾਨੂੰ ਹੌਸਲਾ ਮਿਲਦਾ ਰਹੇ ਕਿ ਯਾਰ ਇੱਦਾਂ ਹੀ ਵੀਡੀਓ ਤੁਸੀਂ ਕੰਟੀਨਿਊ ਬਣਾਉਣੀ ਹੈ, ਕਿਉਂਕਿ ਅਸੀਂ ਤੁਹਾਨੂੰ ਪੂਰੀ ਸਪੋਰਟ ਦੇ ਰਹੇ ਹਾਂ। ਠੀਕ ਹੈ ਜੀ, ਅਤੇ ਨੀਚੇ ਲਿਖਿਆ ਹੋਇਆ ਸਬਸਕ੍ਰਾਈਬ, ਠੀਕ ਹੈ, ਇਹ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਵੀਰ ਨੇ ਤੱਕ ਨਹੀਂ ਕੀਤਾ, ਜਿਹੜੇ ਨੇ ਕਰਤਾ ਉਹਨਾਂ ਧੰਨਵਾਦ। ਸਾਨੂੰ ਹੌਸਲਾ ਦੇਣ ਲਈ ਇਹ ਦੋ ਚੀਜ਼ਾਂ ਹੀ ਬਹੁਤ ਨੇ, ਇੱਕ ਲਾਈਕ ਅਤੇ ਇੱਕ ਸਬਸਕ੍ਰਾਈਬ। ਕਿਰਪਾ ਕਰਕੇ ਆਪਣਾ ਇੱਦਾਂ ਹੀ ਪਿਆਰ ਦਾ ਮੀਂਹ ਸਾਡੇ 'ਤੇ ਵਰਸਾਉਂਦੇ ਰਹੋ। ਸੋ ਹੁਣ ਤੁਹਾਨੂੰ ਜਿਹੜਾ ਵਰਜ਼ਨ ਤੁਹਾਨੂੰ ਕਿਹਾ ਸੀ ਵੀ ਫੋਨ ਵਾਲੇ ਵੀ ਵਿਖਾਵਾਂਗੇ, ਹੁਣ ਗੱਲ ਕਰਦੇ ਹਾਂ ਫੋਨ ਵਾਲੇ ਵਰਜ਼ਨ ਦੀ। ਸੋ ਫੋਨ ਵਾਲੀ ਵੀਡੀਓ ਸ਼ੁਰੂ ਹੋਏਗੀ ਹੁਣ। ਓਕੇ ਜੀ, ਹੁਣ ਸਵਾਗਤ ਹੈ ਤੁਹਾਡਾ ਫੋਨ ਵਾਲੇ ਵਰਜ਼ਨ ਵਿੱਚ, ਅਤੇ ਹੁਣ ਤੁਸੀਂ ਕਲਿੱਕ ਕਰੋ ਆਪਣੇ ਫਾਇਰਫੋਕਸ ਜਾਂ ਕਿਸੇ ਵੀ ਬਰਾਊਜ਼ਰ 'ਤੇ, ਇੱਥੇ ਸਰਚ ਕਰੋ ਸੇਮ ਹੀ ਜੋ ਤੁਸੀਂ PC 'ਤੇ ਸਰਚ ਕੀਤਾ ਸੀ ਵੈਬ ਪਤੇਨ 'ਤੇ, ਸੇਮ ਉਵੇਂ ਜਿਵੇਂ ਪਹਿਲਾਂ ਆਇਆ ਸੀ ਇਸ ਪਤੇਨ 'ਤੇ। ਠੀਕ ਹੈ ਜੀ, ਇਹ ਆ ਗਿਆ ਪਹਿਲਾਂ। ਹੁਣ ਮੈਂ ਇੱਥੇ ਕੰਮ ਕਰ ਰਿਹਾ ਐਂਡਰੋਇਡ ਵਰਜ਼ਨ 'ਤੇ, ਠੀਕ ਹੈ, ਤੁਹਾਨੂੰ ਆਈਫੋਨ ਦਾ ਵੀ ਦਿਖਾ ਦਾਂਗਾ ਹੁਣੇ ਥੋੜ੍ਹੀ ਦੇਰ 'ਚ। ਇੱਥੇ ਨੀਚੇ ਆ ਜਾਓ, ਇੱਥੇ ਲਿਖਿਆ ਡਾਊਨਲੋਡ, ਹੁਣ ਇੱਥੇ ਤੁਹਾਨੂੰ ਸੇਮ ਉਵੇਂ ਜਿਵੇਂ ਫੋਨ 'ਤੇ ਜਿਵੇਂ ਤੁਹਾਨੂੰ PC ਸ਼ੋ ਹੋਇਆ ਸੀ, ਸੇਮ ਉਵੇਂ ਤੁਹਾਨੂੰ ਇੱਥੇ ਸ਼ੋ ਹੋਏਗਾ। ਐਂਡਰੋਇਡ 'ਤੇ ਕਲਿੱਕ ਕਰੋ, ਸੇਮ ਉਵੇਂ ਡਾਊਨਲੋਡ ਸਕਾਰੀ ਕਰਕੇ ਕਲਿੱਕ ਕਰ ਦਿਉ, ਥੋੜ੍ਹਾ ਨੀਚੇ ਆ ਜਾਓ, ਫਿਰ ਸਕਾਰੀ ਕਰਕੇ ਕਲਿੱਕ ਕਰ ਦਿਉ, ਹੁਣ ਇਹਨੂੰ ਡਾਊਨਲੋਡ ਕਰ ਲਓ। ਸੋ ਮੇਰੀ ਡਾਊਨਲੋਡ ਕੰਪਲੀਟ ਹੋ ਚੁੱਕੀ ਹੈ,
ਹੁਣ ਇਹ ਮੈਨੂੰ ਕਹੇਗਾ, ਫੋਨ ਕਹਿੰਦਾ ਵੀ ਤੁਹਾਨੂੰ ਇਹਨੂੰ ਅਲਾਓ ਕਰਨਾ ਪੈਣਾ। ਸੈਟਿੰਗ ਖੋਲ੍ਹ ਕੇ ਅਲਾਓ ਕਰ ਦਿਓ, ਪਿੱਛੇ ਜਾ ਕੇ ਇੰਸਟਾਲ, ਅਤੇ ਇੰਸਟਾਲਿੰਗ ਹੋਣੀ ਸ਼ੁਰੂ ਹੋ ਗਈ। ਓਕੇ ਜੀ, ਐਪ ਇੰਸਟਾਲਡ, ਹੁਣ ਓਪਨ ਕਰ ਲਓ। ਸੇਮ ਇੱਦਾਂ ਹੀ ਜਿਵੇਂ ਪੀ ਸੀ ਵਿੱਚ ਆਪਾਂ ਨੂੰ ਸ਼ੋ ਹੋਇਆ ਸੀ, ਇਹ ਸੈਟਿੰਗ ਦਾ ਨਿਸ਼ਾਨ ਆਪਣੇ ਰਾਈਟ ਸਾਈਡ ਉੱਤੇ ਆ, ਜੇ ਕਲਿੱਕ ਕਰੋ। ਉਸ ਤੋਂ ਬਾਅਦ ਥੋੜ੍ਹਾ ਨੀਚੇ ਆ ਕੇ ਆਰਗੂਮੈਂਟੀ, ਇੱਥੇ ਤੁਹਾਨੂੰ ਸਾਰੇ ਜਿਵੇਂ ਚੈਪਟਰ ਪੀ ਸੀ ਵਿੱਚ ਸ਼ੋ ਹੁੰਦੇ ਸੀ, ਉਵੇਂ ਸਾਰੇ ਇੱਥੇ ਸ਼ੋ ਹੋਣਗੇ। ਇੱਕ ਸਲੈਕਟ ਕਰ ਲਓ, ਸੇਮ ਉਵੇਂ ਅਤੀਵਾ ਪਿੱਛੇ ਨੂੰ ਭੱਜੋ, ਅਤੇ ਸਿਮਲਾਸੀਓਨੇ ਜਿਲਜ਼ਾਮੇ ਕਰਕੇ ਮੈਂ ਤੁਹਾਨੂੰ ਕਰ ਲਿਆ, ਅਤੇ ਸੇਮ ਉਹੀ ਸਵਾਲ ਜਿਹੜੇ ਆਉਣਗੇ ਸਿਰਫ ਤੁਹਾਨੂੰ ਪਹਿਲੇ ਚੈਪਟਰ ਵਿੱਚੋਂ ਹੀ ਆਉਣਗੇ। ਠੀਕ ਹੈ ਜੀ, ਇਹ ਸੀ ਪੀ ਸੀ ਵਰਜ਼ਨ। ਹੁਣ ਚੱਲਦੇ ਹਾਂ ਆਈਫੋਨ ਵਰਜ਼ਨ 'ਤੇ। ਸੇਮ ਉਵੇਂ ਉੱਤੇ ਜਾ ਕੇ ਸਰਚ ਕਰ ਦਿਓ ਆਪਣਾ ਵੈਬ ਪਤੇਨ 'ਤੇ, ਕਲਿੱਕ ਕਰ ਦਿਓ ਪਹਿਲੇ 'ਤੇ ਹੀ। ਇਹ ਤੁਹਾਨੂੰ ਦੇਖਦਾ ਮੈਂ ਅਵੀਆ ਵੈਬ ਪਤੇਨ 'ਤੇ ਕੁਆਤਰੋ ਪੁੰਤੋ ਕੁਆਤਰੋ ਮੂਵੀ, ਇਹਦੇ 'ਤੇ ਹੀ ਕਲਿੱਕ ਕਰ ਦਿਓ ਆਈਫੋਨ ਵਾਲੇ, ਸਿਰਫ ਆਈਫੋਨ ਵਾਲੇ। ਮਤਲਬ ਇਹਨੂੰ ਐਂਡਰੋਇਡ ਵਾਲੇ ਵੀ ਵਰਤ ਸਕਦੇ ਨੇ, ਪਰ ਉਹਨਾਂ ਲਈ ਇਹ ਔਨਲਾਈਨ ਰਹਿ ਜਾਣਾ, ਕਿਉਂਕਿ ਆਈਫੋਨ ਵਾਲੇ ਐਪਲੀਕੇਸ਼ਨ ਬਣੀ ਨਹੀਂ ਹੈਗੀ, ਸਿਰਫ ਉਹਨਾਂ ਨੂੰ ਔਨਲਾਈਨ ਰਹਿ ਕੇ ਹੀ ਕਰਨਾ ਪੈਣਾ। ਜਿਹੜੇ ਐਂਡਰੋਇਡ ਵਾਲੇ ਨੇ ਉਹਨਾਂ ਵਾਲੀ ਐਪਲੀਕੇਸ਼ਨ ਇਹ ਬਣੀ ਹੋਈ ਹੈ। ਸੋ ਇਹ ਸੇਮ ਹੋਈ ਹੈ ਜੀ, ਬਾਕੀ ਜਿਵੇਂ ਤੁਹਾਨੂੰ ਸਮਝਾਇਆ ਸੀ, ਬਸ ਤਾਂ ਡੇਲੀ ਨੈੱਟ ਦੀ ਲੋੜ ਪੈਣੀ ਜੋ ਤੁਸੀਂ ਇਸਜ਼ਾਮਿਨ ਕਰੋਗੇ ਆਈਫੋਨ ਵਾਲਿਆਂ ਦੀ। ਸੋ ਇਹ ਹੋ ਗਿਆ ਜੀ ਆਪਣਾ ਐਂਡਰੋਇਡ ਅਤੇ ਆਈਫੋਨ ਵਰਜ਼ਨ। ਹੁਣ ਭੱਜ ਕੇ ਮੁੜਦੇ ਹਾਂ ਆਪਣੇ ਵਾਪਸ ਪੀ ਸੀ ਮੂਡ 'ਤੇ। ਸੋ ਜੀ, ਇੰਨੀ ਇੱਕ ਗੱਲ ਸੀ ਆਪਣੀ ਸਾਰੇ ਪਤੇਨਤੇ ਦੀ, ਜਿਹੜੀ ਆਪਾਂ ਤਿਆਰੀ ਮੈਂ ਤੁਹਾਨੂੰ ਦੱਸਿਆ ਸੀ ਟਾਈਟਲ ਵਿੱਚ, ਜਿਵੇਂ ਤੁਹਾਨੂੰ ਪਤਾ ਹੀ ਲੱਗ ਗਿਆ ਸੀ ਕਿ ਪਤੇਨਤੇ ਦੀ ਤਿਆਰੀ ਆਪਾਂ ਘਰ ਬਹਿ ਕੇ ਕਿਵੇਂ ਕਰ ਸਕਦੇ ਹਾਂ। ਹੁਣ ਸਟੈਪ ਬਾਏ ਸਟੈਪ ਮੈਂ ਫੋਨ ਦਾ ਵੀ ਤੁਹਾਨੂੰ ਸਮਝਾ ਦਿੱਤਾ ਅਤੇ ਪੀ ਸੀ ਦਾ ਵੀ ਤੁਹਾਨੂੰ ਸਮਝਾ ਦਿੱਤਾ ਅਤੇ ਪੀ ਸੀ 'ਤੇ ਵੀ ਕਿਵੇਂ ਕਰ ਸਕਦੇ ਹੋ ਅਤੇ ਫੋਨ 'ਤੇ ਕਿਵੇਂ ਕਰਨਾ। ਅਤੇ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੈਗਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਫੇਸਬੁੱਕ ਆਈ ਡੀ 'ਤੇ ਜਿਹੜੀ ਕਿ PBK15 ਅਤੇ ਇੰਸਟਾਗ੍ਰਾਮ ਆਈ ਡੀ 'ਤੇ ਜਿਹੜੀ ਕਿ ਆ ਨਾਮ ਕਾਫੀ ਲੰਮਾ, ਇਸ ਕਰਕੇ ਮੈਂ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ, ਉੱਥੋਂ ਜਾ ਕੇ ਪੜ੍ਹ ਲਿਓ। ਅਤੇ ਫੋਨ ਦੇ ਨੰਬਰ ਦੀ ਮੈਨੂੰ ਬਹੁਤ ਸਾਰੀ ਜਨਤਾ ਨੇ ਕਿਹਾ ਵੀ ਫੋਨ ਨੰਬਰ ਆਪਣਾ ਦੱਸੋ। ਸੋ ਨਾਲ ਮੈਂ ਦੱਸਣਾ ਚਾਹਾਂਗਾ, ਕਿਸੇ ਵੀ ਤਰ੍ਹਾਂ ਦਾ ਫੋਨ ਨੰਬਰ ਅਜੇ ਅਵੇਲੇਬਲ ਨਹੀਂ ਹੈਗਾ ਸਾਡੇ ਕੋਲ, ਜਿੱਦਾਂ ਹੀ ਸਾਡੇ ਕੋਲ ਕੋਈ ਨੰਬਰ ਹੋਏਗਾ ਮੈਂ ਤੁਹਾਨੂੰ ਦੱਸ ਦਾਂਗਾ। ਪੂਰੀ ਟਰਾਈ ਕਰ ਰਿਹਾ ਵੀ ਨੰਬਰ ਜਲਦੀ ਤੋਂ ਜਲਦੀ ਉਪਲਬਧ ਕਰਾਇਆ ਜਾ ਸਕੇ, ਅਤੇ ਜੇਕਰ ਕੋਈ ਭੈਣ ਭਰਾ ਸਾਨੂੰ ਕੋਲ ਕਰਨਾ ਚਾਹੁੰਦਾ ਤਾਂ ਸਾਨੂੰ ਕੋਲ ਕਰ ਸਕਦਾ ਫੇਸਬੁੱਕ ਉੱਤੇ ਸ਼ਾਮ ਨੂੰ 7:30 ਤੋਂ ਲੈ ਕੇ 9 ਤੱਕ ਸਾਡੀ ਫੇਸਬੁੱਕ ਆਈ ਡੀ 'ਤੇ। ਅਤੇ ਜਿਹੜੇ ਭੈਣ ਭਰਾ ਨੇ ਸਾਨੂੰ ਅੱਜ ਤੱਕ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ, ਸਾਨੂੰ ਫੋਲੋ ਕਰ ਸਕਦੇ ਨੇ ਸਾਡੀ ਫੇਸਬੁੱਕ ਆਈ ਡੀ 'ਤੇ, ਇੰਸਟਾਗ੍ਰਾਮ ਆਈ ਡੀ ਦਾ ਲਿੰਕ ਨੀਚੇ ਦਿੱਤਾ ਹੋਇਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਵਾਂ। ਫੇਸਬੁੱਕ 'ਤੇ ਅਸੀਂ ਹਰ ਰੋਜ਼ ਇੱਕ ਕੁਸ਼ਚਨ ਪੁੱਟ ਕਰਦੇ ਹਾਂ, ਇੱਕ ਕੁਸ਼ਚਨ ਜਿਹੜਾ ਰੋਜ਼ ਤੁਹਾਨੂੰ ਦਿੰਦੇ ਪਏ ਹਾਂ, ਉਸ ਕੁਸ਼ਚਨ ਦਾ ਆਨਸਰ ਸਾਨੂੰ ਕਮੈਂਟਾਂ ਵੀ ਦਿੱਤਾ ਜਾਂਦਾ। ਸੋ ਜਿਹੜੇ ਭੈਣ ਭਰਾ ਨੂੰ ਅੱਜ ਤੱਕ ਨਹੀਂ ਸੀ ਪਤਾ, ਉਹ ਪਲੀਜ਼ ਸਾਡੇ ਫੇਸਬੁੱਕ 'ਤੇ ਇੰਸਟਾਗ੍ਰਾਮ ਸਾਨੂੰ ਫੋਲੋ ਕਰਨ, ਅਤੇ ਇੰਸਟਾਗ੍ਰਾਮ 'ਤੇ ਅਸੀਂ ਆਪਣੀ ਇਕੱਲੀ ਇਕੱਲੀ ਅਪਡੇਟ ਦੱਸਦੇ ਹਾਂ ਵੀ ਅਸੀਂ ਕਦੋਂ ਕਿਹੜੀ ਵੀਡੀਓ ਕਿੰਨੇ ਵਜੇ, ਜੇ ਅਗਰ ਲੇਟ ਵੀ ਹੋਈ ਤਾਂ ਕਦ ਤੱਕ ਅਪਲੋਡ ਹੋ ਜਾਏਗੀ। ਸੋ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਬਿਲਕੁਲ ਨਾ ਭੁੱਲੇ, ਲਿੰਕ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ। ਕਿੰਨੀ ਵਾਰ ਰਿਪੀਟ ਕਰਤਾ ਮੈਂ। ਸੋ ਜੇਕਰ ਇਸ ਵੀਡੀਓ ਵਿੱਚ ਮੈਂ ਕੁਝ ਮਿਸ ਕਰ ਗਿਆ ਹੋਵਾਂ ਤਾਂ ਪਲੀਜ਼ ਮੈਨੂੰ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸਿਓ, ਤਾਂ ਜੋ ਮੈਂ ਉਸ 'ਤੇ ਵੀ ਗੌਰ ਕਰ ਸਕਾਂ। ਸੋ ਜੀ, ਮਿਲਾਂਗੇ ਹੁਣ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਰੱਬ ਰੱਖਾ।